ਇਹ ਸਾਰੇ ਨਿਸ਼ਾਨ ਉੱਥੇ ਆ ਕੇ ਉੱਥੋਂ ਆ ਕੇ ਫੜਾਉਂਦੇ ਨੇ ਵਾਹਗਾ ਬਾਰਡਰ ਤੋਂ ਸਾਡੇ ਬੰਦੇ ਫਿਰ ਫੜ ਕੇ ਪਹਿਲੇ ਬੰਦੇ ਤੋਲ ਆਉਂਦੇ ਸੀ ਆ ਕੇ ਆਪਣੇ ਹੱਥਾਂ ਚੁਣਾਉਂਦੇ ਸੀ ਜਦੋਂ ਦਾ ਮੰਡਾਰਾ ਪੈ ਗਿਆ ਸੀ ਜਦੋਂ ਦਾ ਵੰਡ ਪੈ ਗਏ ਸੀ ਉਦੋਂ ਫਿਰ ਲੋਕ ਇੱਥੇ ਤੱਕ ਨਹੀਂ ਆ ਸਕਦੇ ਸੀ ਫਿਰ ਸਾਡੇ ਜਿਹੜੇ ਬੰਦੇ ਨੇ ਵਾਹਗਾ ਬਾਰਡਰ ਤੋਂ ਉਹਨਾਂ ਨੂੰ ਨਿਸ਼ਾਨ ਫੜਾਉਂਦੇ ਸੀ ਇਹ ਸਾਰੇ ਜਿਹੜੇ ਤੁਸੀਂ ਨਿਸ਼ਾਨ ਵੇਖ ਰਹੇ ਹੋ ਇਹ ਦਾਨੇ ਦੇ ਸੰਘ ਕਾਫਲਾ ਉਹਨਾਂ ਸ਼ੇਰ ਹਿਮਾਚਲ ਤੋਂ ਜਿਹੜੇ ਲੋਕ ਆ ਕੇ ਫੜਾਉਂਦੇ ਨੇ ਪੈਦਲ ਚੱਲ ਕੇ ਆਉਂਦੇ ਨੇ ਉਹ ਸਾਡੇ ਬੰਦੇ ਨੂੰ ਫੜਾਉਂਦੇ ਨੇ ਫਿਰ ਸਾਡੇ ਬੰਦੇ ਇੱਥੇ ਪੈਦਲ ਆ ਕੇ ਇੱਥੇ ਸਰਕਾਰ ਦੇ ਨਿਸ਼ਾਨ ਦਿੰਦੇ ਨੇ ਰਾਤ ਬਈ ਉਹ ਜਗ੍ਹਾ ਹੈਗੀ ਜਿੱਥੇ ਲੱਖ ਦਾ ਤਲਾਲਾ ਪੀਣਾ ਇੱਥੇ ਕੱਕੀ ਗੋਲੀ ਬਣਦੇ ਸੀ ਸਲਮਾਨ ਬਾਈ ਸਾਡੇ ਨਾਲ ਮਾਸ਼ਾਅੱਲਾ ਜੀ ਬਿਲਕੁਲ ਅਸੀਂ ਗੱਡੀ ਬਹਿ ਗਏ ਅਸੀਂ ਜਾ ਰਹੇ ਹਾਂ ਸਰਕਾਰ ਵਜ਼ੀਰਾਬਾਦ ਤੋਂ ਜਿਸ ਤਰ੍ਹਾਂ ਮੈਂ ਦੋਸਤ ਨਾਲ ਵਾਅਦਾ ਕੀਤਾ ਸੀ ਵੀ 7 ਤਰੀਕ ਨੂੰ ਅਸੀਂ ਵਜ਼ੀਰਾਬਾਦ ਜਾਵਾਂਗੇ ਅਤੇ ਉੱਥੇ ਜਾ ਕੇ ਖਾਸ ਅਸੀਂ ਦੁਆ ਕਰਾਂਗੇ ਤਮਾਮ ਦੋਸਤਾਂ ਵਾਸਤੇ ਇਸ ਟਾਈਮ ਅਸੀਂ ਬਿਲਕੁਲ ਗੱਡੀ ਬੈਠ ਗਏ ਹਾਂ ਅਤੇ ਅਸੀਂ ਇਹੀ ਕੋਸ਼ਿਸ਼ ਕਰਦੇ ਜੀ ਸਰਕਾਰ ਦੇ ਅਸੀਂ ਦੂਰ ਦਰਾਜ ਤੋਂ ਬੈਠਣ ਨੂੰ ਹਰ ਮੰਜ਼ਰ ਹਰ ਅਪਡੇਟ ਹਰ ਜਾਣਕਾਰੀ ਵੀ ਖਵਾ ਜੀ 7 ਤਰੀਕ ਹੈਗੀ ਅਤੇ ਅਸੀਂ ਜਾ ਰਹੇ ਸਰਕਾਰ ਲਾਲੋ ਸਰਕਾਰ ਲੱਗਦਾ ਤਾਂ ਸਹੀ ਮੈਂ ਪੀਣ ਗਏ ਸਰਕਾਰ ਦੇ ਹੁਜਰੇ ਮੁਬਾਰਕ ਮਾਸ਼ਾਅੱਲਾ ਜੀ ਅਸੀਂ ਉੱਤਰ ਗਏ ਇੱਥੇ ਲੈ ਰਹੇ ਹਾਂ ਅਸੀਂ ਫੁੱਲ ਕਿਉਂਕਿ ਜਿਹੜੇ ਅਸੀਂ ਸਰਕਾਰਾਂ ਨੂੰ ਪੇਸ਼ ਕਰਦੇ ਸਰਕਾਰ ਦੇ ਹੁਜਰੇ ਦੇ ਅਤੇ ਅਸੀਂ ਫੁੱਲ ਲੈ ਰਹੇ ਹਾਂ ਦਰਬਾਰ ਵਾਸਤੇ ਇਸ ਟਾਈਮ ਤੁਸੀਂ ਵੇਖੋ ਇਹ ਬੰਦਾ ਫੁੱਲ ਪੈਕ ਕਰੇ ਬਿਲਕੁਲ ਗੱਡੀ ਤਿਆਰ ਹੈਗੀ ਸਜਾਦ ਬਈ ਮਾਸ਼ਾਅੱਲਾ ਇਹ ਜਿਹੜੀ ਗੱਡੀ ਹੈਗੀ ਸਪੈਸ਼ਲ ਸਾਨੂੰ ਦਵਾ ਦਿੱਤੀ ਸਜਾਦ ਬਈ ਨੇ ਦਵਾ ਦਿੱਤੀ ਸਪੈਸ਼ਲ ਬਿਲਕੁਲ ਗੱਡੀ ਵੀ ਤਿਆਰ ਹੈਗੀ ਅਤੇ ਇਸ ਟਾਈਮ ਬਿਲਕੁਲ ਫੁੱਲ ਪੈਕ ਹੋ ਰਹੇ ਨੇ ਜਿਹੜੇ ਦਰਬਾਰ ਅਸੀਂ ਲੈ ਕੇ ਉੱਥੇ ਸਰਕਾਰ ਨੂੰ ਪੇਸ਼ ਕਰਨੇ ਨੇ ਅਤੇ ਤਮਾਮ ਦੋਸਤਾਂ ਦੁਆ ਫਿਰਿਆਦ ਕਰਾਂਗੇ ਇਸ ਟਾਈਮ ਅਸੀਂ ਖੜੋਤੇ ਹਾਂ ਪੱਤੋ ਕੀ ਇਹ ਪੱਤੋ ਕੀ ਹੈਗੇ ਇੱਥੇ ਅਸੀਂ ਖੜੋਤੇ ਹਾਂ ਅਤੇ ਦਰਬਾਰ ਵਾਸਤੇ ਸਰਕਾਰ ਦੇ ਹੁਜਰ ਵਾਸਤੇ ਅਸੀਂ ਫੁੱਲ ਲੈ ਰਹੇ ਤੁਸੀਂ ਵੇਖੋ ਇਹ ਜਾ ਕੇ ਉੱਥੇ ਸਰਕਾਰ ਨੂੰ ਪੇਸ਼ ਕਰਾਂਗੇ ਮਾਸ਼ਾਅੱਲਾ ਮਾਸ਼ਾਅੱਲਾ ਜੀ ਅਸੀਂ ਪਹੁੰਚ ਗਏ ਠੋਕਰ ਥੱਲੇ ਉਤਰ ਕੇ ਆਪਣੇ ਦੋਸਤ ਨੂੰ ਥੋੜ੍ਹਾ ਬਹੁਤ ਮੰਦਰ ਥੋੜ੍ਹੀ ਬਹੁਤ ਵੀਡੀਓ ਵੀ ਖਾਂਦੇ ਹਾਂ ਬਿਲਕੁਲ ਗੱਡੀ ਤਿਆਰ ਹੈਗੀ ਗੱਡੀ ਜਾ ਰਹੀ ਹੈ ਰਸਤੇ ਦੇ ਵਿੱਚ ਹੈਗੀ ਅਸੀਂ ਅੱਗੇ ਚੱਲ ਕੇ ਆਪਣੇ ਦੋਸਤ ਨੂੰ ਮੰਦਰ ਵੀ ਖਾਂਦੇ ਅਸੀਂ ਇਸ ਟਾਈਮ ਜੀ ਪਹੁੰਚ ਗਏ ਠੋਕਰ ਤੁਸੀਂ ਵੀ ਠੋਕਰ ਅਸੀਂ ਪਹੁੰਚ ਗਏ ਮਾਸ਼ਾਅੱਲਾ ਜੀ ਲਾਹੌਰ ਲਾਹੌਰ ਠੋਕਰ ਨਿਆਲ ਮਾਸ਼ਾਅੱਲਾ ਜੀ ਅਸੀਂ ਆਖਿਰ ਪਹੁੰਚ ਗਏ ਸਰਕਾਰ ਦੇ ਜ਼ਿਲ੍ਹਾ ਗਾਤੇ 200 ਕਿਲੋਮੀਟਰ ਸਫ਼ਰ ਸੀ ਬਿਲਕੁਲ ਸਰਕਾਰ ਦੇ ਮਾਸ਼ਾਅੱਲਾ ਸਰਕਾਰ ਦੀ ਜ਼ਿਲ੍ਹਾ ਗਾਤੇ ਅਸੀਂ ਪਹੁੰਚ ਗਏ ਮਾਸ਼ਾਅੱਲਾ ਜੀ ਅਸੀਂ ਉਸ ਜਗ੍ਹਾ 'ਤੇ ਪਹੁੰਚ ਗਏ ਜਿੱਥੇ ਲੱਖ ਦਾਤਾ ਲਾਲਾ ਲਪੀਰ ਬੈਠ ਕੇ ਇਬਾਦਤ ਕਰਦੇ ਸੀ ਇਹ ਉਹਨਾਂ ਦਾ ਹੁਜਰਾ ਉੱਪਰ ਮੇਨ ਐਂਟਰੀ ਗੇਟ ਹੈਗਾ ਉੱਤੇ ਨਿਸ਼ਾਨ ਵੇਲੇ ਗਏ ਨੇ ਮਾਸ਼ਾਅੱਲਾ ਅੰਦਰ ਚੱਲ ਕੇ ਆਪਣੇ ਦੋਸਤ ਨੂੰ ਅੰਦਰ ਦੀ ਜ਼ਿਆਰਤ ਹੀ ਕਰਨ ਦੇ ਤਮਾਮ ਦੋਸਤ ਸਲਾਮੀ ਪੇਸ਼ ਕਰਦੇ ਅਰਜ਼ੀ ਪੇਸ਼ ਕਰਦੇ ਹਾਂ ਉਹ ਸਾਹਮਣੇ ਸਰਕਾਰ ਦਾ ਚਸ਼ਮਾ ਹੈਗਾ ਜਿੱਥੇ ਆਪ ਸਰਕਾਰ ਨੇ ਲਾਠੀ ਦੇ ਨਾਲ ਸਰਕਾਰ ਨੇ ਚਸ਼ਮਾ ਚਲਾਇਆ ਸੀ ਅਤੇ ਇਹ ਸਰਕਾਰ ਦਾ ਹੁਜਰਾ ਉੱਪਰ ਰੱਖੇਗਾ ਅੰਦਰ ਚੱਲ ਕੇ ਆਪਣੇ ਦੋਸਤ ਨੂੰ ਸਰਕਾਰ ਦੀ ਜ਼ਿਆਰਤ ਹੀ ਕਰਨ ਦੇ ਤਮਾਮ ਦੋਸਤ ਸਲਾਮੀ ਪੇਸ਼ ਕਰਦੇ ਅਰਜ਼ੀ ਪੇਸ਼ ਕਰਦੇ ਇੱਥੇ ਵੀ ਕਾਫ਼ੀ ਜ਼ਿਆਦਾ ਵੱਡਾ ਉਰਸ ਲੱਗਦਾ ਹੈ ਹਾੜ ਦੇ ਮਹੀਨੇ 3 ਮਹੀਨੇ ਦਾ ਉਰਸ ਹੁੰਦਾ ਹੈ ਇੱਥੇ ਵੀ ਸੰਗਤਾਂ ਕਾਫ਼ੀ ਜ਼ਿਆਦਾ ਨੇ ਸਰਕਾਰ ਦੀ ਹਾਜ਼ਰੀ ਵਾਸਤੇ ਮੇਨ ਐਂਟਰੀ ਗੇਟ ਹੈ ਅਸੀਂ ਅੰਦਰ ਚੱਲ ਰਹੇ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਜੀ ਬਿਲਕੁਲ ਅੰਦਰ ਆ ਗਏ ਹਾਂ ਆਪਣੇ ਦੋਸਤ ਨੂੰ ਸਰਕਾਰ ਦੀ ਜਗ੍ਹਾ ਵੀ ਖਾਂਦੇ ਜਿੱਥੇ ਲੱਖ ਦਾਤਾ ਲਾਲਾ ਪੀਰ ਬੈਠ ਕੇ ਇਬਾਦਤ ਕਰਦੇ ਸੀ ਇੱਥੇ ਤਮਾਮ ਦੋਸਤਾਂ ਸਲਾਮ ਪੇਸ਼ ਕਰਦੇ ਅਰਜ਼ੀ ਪੇਸ਼ ਕਰਦੇ ਖਾਸ ਕਰ ਜਿਹੜੇ ਦੂਰ ਦਰਾਜ ਤੋਂ ਸਾਡੀ ਵੀਡੀਓ ਵੇਖ ਰਹੇ ਨੇ ਲੱਖਾਂ ਦਾਤਾ ਲਾਲਾ ਪੀਰ ਉਹਨਾਂ ਸਲਾਮ ਕਬੂਲ ਕਰੇ ਉਹਨਾਂ ਦੀ ਅਰਜ਼ੀ ਕਬੂਲ ਕਰੇ ਮਾਸ਼ਾਅੱਲਾ ਇਹ ਉਹ ਜਗ੍ਹਾ ਹੈਗੀ ਜਿੱਥੇ ਲੱਖ ਦਾਤਾ ਲਾਲਾ ਪੀਰ ਬੈਠ ਕੇ ਇਬਾਦਤ ਕਰਦੇ ਸੀ ਹੈ ਇਸ ਜਗ੍ਹਾ 'ਤੇ ਜਿੱਥੇ ਜਗ੍ਹਾ ਹੈ ਸਰਕਾਰ ਦੀ ਇੱਥੇ ਫੁੱਲ ਹਰ ਫੁੱਲ ਪਾਵਾਂਗੇ ਬਿਲਕੁਲ ਥੋੜ੍ਹੀ ਦੇਰ ਤੱਕ ਫੁੱਲ ਚੁੱਕਦੇ ਹਾਂ ਇਸ ਇੱਥੇ ਫੁੱਲ ਪਾਉਂਦੇ ਹਾਂ ਸਾਰੇ ਸਰਕਾਰ ਜਿੱਥੇ ਆਪ ਬੈਠ ਕੇ ਸਰਕਾਰ ਇਬਾਦਤ ਕਰਦੇ ਸੀ ਮਾਸ਼ਾਅੱਲਾ ਜੀ ਅਸੀਂ ਬਿਲਕੁਲ ਪਹੁੰਚ ਗਏ ਹਾਂ ਜਿਹੜੇ ਦੋਸਤਾਂ ਨੇ ਸਾਨੂੰ ਦੁਆ ਵਾਸਤੇ ਕਿਹਾ ਸੀ ਉਹਨਾਂ ਸਾਰਿਆਂ ਤੋਂ ਪਹਿਲਾਂ ਉਹਨਾਂ ਸਲਾਮ ਪੇਸ਼ ਕਰਦੇ ਉਹਨਾਂ ਦੀ ਅਰਜ਼ੀ ਪੇਸ਼ ਕਰਦੇ ਦੋ ਤਿੰਨ ਸਾਡੇ ਦੋ ਇਸ ਤਰ੍ਹਾਂ ਦੇ ਨੇ ਉਹਨੇ ਕਿਹਾ ਸਾਡੇ ਨਾਂ ਲੈ ਕੇ ਉੱਥੇ ਜਾ ਕੇ ਅਰਦਾਸ ਫਰਿਆਦ ਕਰਨਾ ਅਤੇ ਉਹਨਾਂ ਦਾ ਨਾਂ ਲੈ ਕੇ ਉਹਨਾਂ ਸਲਾਮ ਪੇਸ਼ ਕਰਦੇ ਉਹਨਾਂ ਦੀ ਅਰਜ਼ੀ ਪੇਸ਼ ਕਰਦੇ ਕਿ ਲੱਖ ਦਾਤਾ ਲਾਲਾ ਵਾਲਾ ਪੀਰ ਉਹਨਾਂ ਸਲਾਮ ਕਬੂਲ ਕਰੇ ਉਹਨਾਂ ਦੀ ਅਰਜ਼ੀ ਕਬੂਲ ਕਰੇ ਬਿਲਕੁਲ ਅਸੀਂ ਉਸ ਜਗ੍ਹਾ 'ਤੇ ਬੈਠੇ ਜਿੱਥੇ ਉਸ ਜਗ੍ਹਾ 'ਤੇ ਖੜੋਤੇ ਜਿੱਥੇ ਆਪ ਸਰਕਾਰ ਬੈਠ ਕੇ ਇਬਾਦਤ ਕਰਦੇ ਸੀ ਅਤੇ ਸਜਾਦ ਬਾਈ ਜਿਹੜੇ ਦੋਸਤ ਨੇ ਸਾਡੇ ਜਿਵੇਂ ਦਵਾਈ ਲਾਇਆ ਸੀ ਹਾਂਜੀ ਇੱਕ ਹੈ ਜੀ ਆਪਣਾ ਬਲਦੇਵ ਬਾਈ ਹੈ ਜੀ ਹਰਿਆਣੇ ਤੋਂ ਉਹਨਾਂ ਦਾ ਸਲਾਮ ਪੇਸ਼ ਕਰ ਦਿੱਤਾ ਹੈ ਜੀ
ਡੱਫਰ ਤੋਂ ਹੈਗੇ ਆ ਜੀ ਅਸ਼ਨ ਭਾਈ, ਉਹਨਾਂ ਦਾ ਵੀ ਸਲਾਮ ਪੇਸ਼ ਕਰ ਦਿੱਤਾ ਹੈ ਜੀ। ਇੱਕ ਬਾਜੀ ਹੈਗੇ ਆ ਜੀ ਹਰ ਆਪਣਾ, ਉਹਨਾਂ ਨੇ ਕਿਹਾ ਸੀ ਸਾਨੂੰ ਦੁਆ ਵਾਸਤੇ, ਨਾਮ ਅਸੀਂ ਉਹਨਾਂ ਦਾ ਨਹੀਂ ਲੈ ਰਹੇ, ਅਤੇ ਉਹਨਾਂ ਵਾਸਤੇ ਦੁਆ ਕਰ ਦਿੱਤੀ, ਉਹਦੇ ਭਾਈ ਵਾਸਤੇ ਕਰ ਦਿੱਤੀ ਜਿਹੜਾ ਭਾਈ ਜੇਲ੍ਹ 'ਚ ਹੈਗਾ, ਉਹਨੂੰ ਅੱਲਾਹ ਪਾਕ ਰਿਹਾਈ ਦੇ ਜੀ। ਫਿਰ ਉਹਨਾਂ ਦਾ ਛੋਟਾ ਬੱਚਾ ਕੋਈ, ਉਹਨੂੰ ਦੌਰੇ ਪੈਂਦੇ ਆ ਜੀ, ਉਹਨਾਂ ਵਾਸਤੇ ਦੁਆ ਕੀਤੀ ਹੈ ਜੀ, ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇ, ਤੰਦਰੁਸਤੀਆਂ ਦੇ, ਔਰ ਸਭ ਅੱਲਾਹ ਪਾਕ ਕਰ। ਔਰ ਜਿਹੜੇ ਵੀ ਦੋਸਤ ਸਾਡੀ ਵੀਡੀਓ ਵੇਖ ਰਹੇ ਨੇ, ਲੱਖ ਦਾ ਤਾਲਾ ਨਾਲ ਪੀਰ ਨਾਲ ਸਲਾਮ ਕਬੂਲ ਕਰੇ, ਉਹਨੇ ਜਰਦੀ ਕਬੂਲ। ਮਾਸ਼ਾਅੱਲਾ ਸਰਕਾਰ ਦੀ ਉਹ ਜਗ੍ਹਾ ਹੈ ਕਿ ਜਿੱਥੇ ਲੱਖ ਦਾ ਤਾਲਾ ਨਾਲ ਪੀਰ ਬੈਠ ਕੇ ਇਬਾਦਤ ਕਰਦੇ ਸੀ, ਇੱਥੇ ਸਰਕਾਰ ਦੀ ਜਿਹੜੀ ਇਬਾਦਤ। ਮਾਸ਼ਾਅੱਲਾ ਜੀ, ਸਰਕਾਰ ਦੇ ਚਿਲਾਗਾ ਤੇ ਸਰਕਾਰ ਨੂੰ ਫੁੱਲ ਪੇਸ਼ ਕਰ ਰਹੇ ਹਾਂ। ਅਸੀਂ ਉਹਨਾਂ ਦੋਸਤਾਂ ਨਾਲ ਦੁਆ ਕਰਦੇ ਜਿਹੜੇ ਸਾਨੂੰ ਫੋਨ 'ਤੇ ਦੁਆ ਵਾਸਤੇ ਕਹਿੰਦੇ ਨੇ ਜਾਂ ਕਮੈਂਟ 'ਤੇ ਦੁਆ ਵਾਸਤੇ ਕਹਿੰਦੇ ਨੇ, ਉਹਨਾਂ ਸਲਾਮ ਪੇਸ਼ ਕਰਦੇ, ਉਹਨਾਂ ਦੀ ਅਰਜ਼ੀ ਪੇਸ਼ ਕਰਦੇ ਕਿ ਲੱਖ ਦਾ ਤਾਲਾ ਵਾਲਾ ਪੀਰ ਉਹਨਾਂ ਸਲਾਮ ਕਬੂਲ ਕਰੇ। ਖਾਸ ਕਰ ਜਿਹੜੇ ਬੰਦੇ ਸਾਨੂੰ ਫੋਨ ਨਹੀਂ ਲਾ ਸਕਦੇ, ਜਿਹੜੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਨੇ, ਸਾਡੀ ਵੀਡੀਓ ਜ਼ਰੀਏ ਸਾਡੀ ਵੀਡੀਓ ਵੇਖ ਕੇ ਸਲਾਮ ਕਰਨ ਸਰਕਾਰ ਦੀ ਹਾਜ਼ਰੀ ਦੇ ਰਹੇ ਨੇ, ਲੱਖ ਦਾ ਤਾਲਾ ਵਾਲਾ ਪੀਰ ਪੀ ਨਹੀਂ ਗਏ, ਸਿਕਰ ਉਹਨਾਂ ਸਲਾਮ ਕਬੂਲ ਕਰੇ, ਉਹਨਾਂ ਦੀ ਅਰਜ਼ੀ ਕਬੂਲ ਕਰੇ। ਮਾਸ਼ਾਅੱਲਾ ਸਰਕਾਰ ਨੂੰ ਫੁੱਲ ਪੇਸ਼ ਕਰ ਰਹੇ ਹਾਂ, ਤਮਾਮ ਦੋਸਤ ਸਰਕਾਰ ਦੇ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ, ਉਹਨਾਂ ਵਾਸਤੇ ਦੁਆ ਫਿਰਦੀ ਕਰ ਰਹੇ, ਉਹਨਾਂ ਸਲਾਮੀ ਪੇਸ਼ ਕਰਦੇ, ਅਰਜ਼ੀ ਪੇਸ਼ ਕਰਦੇ ਕਿ ਲੱਖ ਦਾ ਤਾਲਾ ਵਾਲਾ ਪੀਰ ਸਾਰਿਆਂ ਦੀ ਹਾਜ਼ਰੀ ਕਬੂਲ ਕਰੇ, ਸਾਰਿਆਂ ਸਲਾਮ ਕਬੂਲ ਕਰੇ। ਮਾਸ਼ਾਅੱਲਾ ਇੱਥੋਂ ਸਰਕਾਰ ਦੀ ਹਾਜ਼ਰੀ ਦੇ ਕੇ ਅਸੀਂ ਦੋ ਜਗ੍ਹਾ ਹੋਏਗੀ, ਹੋਰ ਆਪਣੇ ਦੋਸਤ ਨੂੰ ਉਹੀ ਸਰਕਾਰ ਦੇ ਵੀ ਖਾਵਾਂਗੇ, ਦਾਤਾ ਸਾਹਿਬ ਵੀ ਜਾਵਾਂਗੇ, ਬੀਬੀ ਪਾਕ ਦਮਨ ਜਾਵਾਂਗੇ, ਇੱਕ ਸਰਕਾਰ ਲਾਲਣ ਸਰਕਾਰ ਦੀ ਇੱਕ ਜਗ੍ਹਾ ਹੋਰ ਹੈਗੀ, ਉੱਥੇ ਵੀ ਅਸੀਂ ਜਾਵਾਂਗੇ। ਲੇਕਿਨ ਉਹ ਵੀਡੀਓ ਆਪਣੇ ਦੋਸਤ ਨੂੰ ਅਗਲੀ ਵੀਡੀਓ ਵੀ ਖਾਵਾਂਗੇ। ਬਿਲਕੁਲ ਇਸ ਟਾਈਮ ਅਸੀਂ ਸਰਕਾਰ ਨੂੰ ਜਿੰਨੇ ਵੀ ਫੁੱਲ ਸੀ ਸਰਕਾਰ ਨੂੰ ਪੇਸ਼ ਕਰ ਦਿੱਤੇ ਨੇ, ਔਰ ਤਮਾਮ ਦੋ ਜਿਹੜੇ ਸਰਕਾਰ ਦੇ ਅਸ਼ਿਕ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਨੇ, ਲੱਖ ਦਾਤਾ ਲਾਲਾਂ ਵਾਲਾ ਪੀਰ ਸਾਰਿਆਂ ਸਲਾਮ ਕਬੂਲ ਕਰੇ, ਸਾਰਿਆਂ ਦੀ ਅਰਜ਼ੀ ਕਬੂਲ ਕਰੇ। ਮਾਸ਼ਾਅੱਲਾ ਜੀ, ਸੁਭਾਨ ਅੱਲਾਹ। ਮਾਸ਼ਾਅੱਲਾ ਜੀ, ਫੁੱਲ ਵੀ ਸਰਕਾਰ ਨੂੰ ਪੇਸ਼ ਕਰ ਦਿੱਤੇ, ਹੁਣ ਆਪਣੇ ਦੋਸਤ ਨੂੰ ਬਾਹਰ ਜਗ੍ਹਾ ਵੀ ਖਾਂਦੇ ਜਿੱਥੇ ਆਪ ਸਰਕਾਰ ਕੱਕੀ ਗੋੜੀ ਬੰਨਦੇ ਸੀ, ਅਤੇ ਸਰਕਾਰ ਨੂੰ ਫੁੱਲ ਮਾਸ਼ਾਅੱਲਾ ਜੀ ਤੇ ਪੇਸ਼ ਕਰ ਦਿੱਤੇ ਨੇ। ਚਲਾ ਜੀ, ਇਹ ਉਹ ਦਰਖਤ ਹੈਗਾ ਜਿਹੜਾ ਲੱਖ ਦਾਤਾ ਲਾਲ ਵਾਲਾ ਪੀਰ ਨੇ ਕਿੱਲਾ ਠੋਕਿਆ ਸੀ, ਕਿੱਲੇ ਦੇ ਬਾਅਦ ਇਹ ਦਰਖਤ ਬਣ ਗਿਆ ਸੀ। ਇੱਕ ਇਹ ਹੈਗਾ, ਇੱਕ ਇਹ ਸਾਹਮਣੇ ਹੈਗਾ, ਇਹ ਮੇਨ ਐਂਟਰੀ ਗੇਟ ਹੈਗਾ, ਅਤੇ ਸਰਕਾਰ ਇੱਥੇ ਕੱਕੀ ਗੁੜੀ ਬੰਨਦੇ ਸੀ। ਮਾਸ਼ਾਅੱਲਾ ਇਹ ਜਗ੍ਹਾ ਤੁਸੀਂ ਵੇਖੋ, ਇਹਦੇ ਅੰਦਰ ਹੀ ਸਰਕਾਰ ਕੱਕੀ ਗੁੜੀ ਬੰਨਦੇ ਸੀ। ਆਪਣੇ ਦੋਸਤ ਨੇ ਇੱਕ ਵਾਰੀ ਪਹਿਲੇ ਵੀ ਵੀਡੀਓ ਵਿਖਾਈ ਸੀ, ਲੇਕਿਨ ਦੁਬਾਰਾ ਹੁਣ ਵੀ ਖਾ ਰਿਹਾ, ਅਤੇ ਇਹ ਸਰਕਾਰ ਨੇ ਕਿੱਲਾ ਠੋਕੇ ਸੀ, ਕਿੱਲੇ ਦਾ ਦਰਖਤ ਹੋ ਗਿਆ। ਅਤੇ ਮਾਸ਼ਾਅੱਲਾ ਜੀ, ਇੱਥੇ ਤਮਾਮ ਦੋਸਤ ਜਿਹੜੇ ਸਰਕਾਰ ਦੇ ਆਸ਼ਿਕ ਦੀਵਾਨੇ ਮਸਤਾਨੇ ਪਰਵਾਨੇ ਸਾਡੀ ਵੀਡੀਓ ਵੇਖ ਰਹੇ ਨੇ, ਲੱਖਾਂ ਦਾ ਤਾਲਾ ਲਾਲ ਪੀਰ ਉਹਨਾਂ ਸਲਾਮ ਕਬੂਲ ਕਰੇ, ਉਹਨਾਂ ਦੀ ਅਰਜ਼ੀ ਕਬੂਲ ਕਰੇ। ਬਿਲਕੁਲ, ਅਸੀਂ ਟੋਂਕਲ ਵਜ਼ੀਰਾਬਾਦ ਗੁਜਰਾਂ ਵਾਲੇ ਅਸੀਂ ਉੱਥੇ ਪਹੁੰਚ ਗਏ ਹਾਂ। ਤਮਾਮ ਕਾਫੀ ਜ਼ਿਆਦਾ ਸਫ਼ਰ ਹੈਗਾ, ਪੱਤੋਂ ਕੀ ਤਾਂ ਇੱਥੇ ਤਾਂ ਕਾਫੀ ਜ਼ਿਆਦਾ ਸਫ਼ਰ ਹੈਗਾ ਅਸੀਂ। ਮਾਸ਼ਾਅੱਲਾ ਇਹ ਉਹ ਜਗ੍ਹਾ ਹੈਗੀ ਜਿੱਥੇ ਲੋਹਾਰਾਂ ਨੇ, ਦਰਖਾਣਾਂ ਨੇ, ਜਿੱਥੇ ਲਾਲ ਸਰਕਾਰ ਦੀ ਕੱਕੀ ਗੁੜੀ ਉਹਨਾਂ ਨੇ ਚੋਰੀ ਕੀਤੀ ਸੀ, 7 ਕਮਰੇ ਅੰਦਰ ਬੰਦ ਕੀਤਾ ਸੀ ਸਰਕਾਰ ਦੀ ਕੱਕੀ ਗੁੜੀ ਨੂੰ, ਅਤੇ ਵਾਪਸ ਆ ਕੇ ਸਰਕਾਰ ਪੁੱਛਦੇ ਸੀ, ਸਰਕਾਰ ਆਪ ਨਮਾਜ਼ ਪੜ੍ਹਦੇ ਸੀ, ਸਰਕਾਰ ਆ ਕੇ ਪੁੱਛਦੇ ਮੇਰੀ ਕੱਕੀ ਗੁੜੀ ਕਿੱਥੇ ਹੈਗੀ, ਉਹਨਾਂ ਨੇ ਕਿਹਾ ਸਾਨੂੰ ਪਤਾ ਨਹੀਂ ਹੈਗੀ। ਫਿਰ ਸਰਕਾਰ ਨੇ ਆਪਣੀ ਕੱਕੀ ਗੁੜੀ ਨੂੰ ਆਵਾਜ਼ ਦਿੱਤੀ ਸੀ, 7 ਬੂਹੇ ਤੋੜ ਕੇ ਸਰਕਾਰ ਦੇ ਕਦਮੇ ਆ ਕੇ ਕੱਕੀ ਗੁੜੀ ਬੈਠ ਗਈ ਸੀ ਉਹ ਜਗ੍ਹਾ ਹੈਗੀ। ਅਤੇ ਉਹਨਾਂ ਨੇ ਫਿਰ ਸਰਕਾਰ ਨੇ ਕੋਲੋਂ ਉਹਨਾਂ ਬੰਦੇ ਨੇ ਮਾਫ਼ੀ ਮੰਗ ਲਈ ਸੀ, ਫਿਰ ਸਰਕਾਰ ਨੇ ਮਾਫ਼ ਕਰਤਾ ਸੀ ਉਹਨਾਂ ਸਰਕਾਰ ਨੂੰ। ਸਰਕਾਰ ਨੇ ਕਿਹਾ ਸੀ ਮੰਗਣੋ ਤੁਸੀਂ ਕੀ ਮੰਗਣਾ ਮੇਰੇ ਕੋਲੋਂ, ਸਰਕਾਰ ਨੇ ਮੰਗਿਆ ਸੀ ਜਿਹੜੇ ਦਰਖਤ ਹੈਗੇ, ਕਿਉਂਕਿ ਉਹਨਾਂ ਦਾ ਕੰਮ ਦਰਖਾਣ ਹੁੰਦਾ ਸੀ ਨਾ, ਉਹਨਾਂ ਕੰਮ ਲੱਕੜੀ ਦਾ ਹੁੰਦਾ ਸੀ। ਸਰਕਾਰ ਨੇ ਉਹਨਾਂ ਨੇ ਕਿਹਾ ਸੀ ਸਾਡੇ ਜਿਹੜੇ ਦਰਖਤ ਨੇ ਇਹ ਤੁਸੀਂ ਕਾਲੇ ਸ਼ਾਹ ਕਰ ਦਿਓ, ਅਤੇ ਮਾਸ਼ਾਅੱਲਾ ਸਰਕਾਰ ਨੇ ਕਿਹਾ ਸੀ ਬਸ ਇਹੀ ਕੁਛ ਮੰਗਣਾ, ਉਹਨਾਂ ਨੇ ਸਾਰੇ ਦਰਖਤ ਕਾਲੇ ਕਰ ਦਿੱਤੇ ਸੀ। ਮਾਸ਼ਾਅੱਲਾ ਆਪਣੇ ਦੋਸਤ ਨੂੰ ਜਗ੍ਹਾ ਵੀ ਖਾ ਰਹੇ ਨੇ, ਸਰਕਾਰ ਦਾ ਹੁਜਰਾ ਮੁਬਾਰਕ। ਜਿਹੜੇ ਲੋਕ ਆਉਂਦੇ ਸੀ ਪੈਦਲ ਸਰਕਾਰ ਦੇ ਨਿਸ਼ਾਨ ਦਿੰਦੇ ਸੀ, ਆਪਣੇ ਦੋਸਤ ਨੂੰ ਨਿਸ਼ਾਨ ਵੀ ਖਾਂਦੇ ਹੈ। ਇਹ ਬਿਲਕੁਲ ਅੰਦਰ ਦਾ ਮੰਜ਼ਰ ਹੈਗਾ, ਅੰਦਰ ਅਸੀਂ ਖੜੋਤੇ ਹਾਂ ਇਸ ਟਾਈਮ, ਬਿਲਕੁਲ ਸਰਕਾਰ ਦੀ ਚਿਲਾ ਗਾ 'ਤੇ ਤੁਸੀਂ ਦਰਖਤ ਵੇਖੋ, ਇਹ ਬਿਲਕੁਲ ਅੰਦਰ, ਇਹ ਸਰਕਾਰ ਦਾ ਅੰਦਰ ਵਾਲਾ ਹਿੱਸਾ ਹੈਗਾ, ਅੰਦਰ ਚੱਲੋ। ਇੱਕ ਗੱਲ ਹੋਰ ਵੀ ਹੈਗੀ, ਜਿਹੜੇ ਵਾਹਗਾ ਬਾਰਡਰ ਤੋਂ ਨਾ ਉਹਨਾਂ ਸ਼ੇਰ ਹਿਮਾਚਲ ਤੋਂ ਜਾਂ ਸਰਕਾਰ ਦੇ ਆਸ਼ਿਕ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਨੇ, ਉਹ ਨਿਸ਼ਾਨ ਵਾਹਗਾ ਬਾਰਡਰ ਤੋਂ ਫੜਾਉਂਦੇ ਨੇ, ਅਤੇ ਸਾਡੇ ਜਿਹੜੇ ਲੋਕ ਨੇ ਇੱਥੋਂ ਦੇ ਉਹ ਵਾਹਗਾ ਬਾਰਡਰ ਤੋਂ ਪੈਦਲ ਚੁੱਕ ਕੇ ਆਉਂਦੇ ਨੇ, ਇੱਥੇ ਆ ਕੇ ਨਿਸ਼ਾਨ ਸਰਕਾਰ ਨੂੰ ਪੇਸ਼ ਕਰਦੇ ਨੇ। ਤੁਸੀਂ ਵੇਖੋ ਜਿਹੜੇ ਸਾਰੇ ਨਿਸ਼ਾਨ ਲੱਗੇ ਨੇ,
ਇਹ ਵਾਹਗਾ ਬਾਰਡਰ ਤੋਂ ਉਹਨਾਂ ਸ਼ੇਰ ਹਿਮਾਚਲ ਤੋਂ ਜਿਹੜੇ ਲੋਕ ਨੇ ਦਾਨੇ ਅਤੇ ਕਾਫਲਾ ਹੈਗਾ, ਜਿਹੜੇ ਸਿੱਖ ਨੇ, ਜਿਹੜੇ ਸਰਕਾਰ ਦੇ ਮਾਨੀ ਮੁਰੀਦ ਨੇ, ਹਿੰਦੂ ਨੇ, ਉਹ ਵਾਹਗਾ ਬਾਰਡਰ ਤੋਂ ਆ ਕੇ ਬੰਦੇ ਨੂੰ ਨਿਸ਼ਾਨ ਫੜਾਉਂਦੇ ਨੇ, ਫਿਰ ਬੰਦੇ ਇੱਥੇ ਆ ਕੇ ਸਰਕਾਰ ਨੂੰ ਨਿਸ਼ਾਨ ਪੇਸ਼ ਕਰਦੇ ਨੇ। ਇਹ ਨਿਸ਼ਾਨ ਹਰ ਸਾਲ ਆਉਂਦੇ ਨੇ, ਨਿਸ਼ਾਨ ਸਰਕਾਰ ਦੇ ਚੜਾਵੇ ਵੀ ਕਾਫੀ ਜ਼ਿਆਦਾ ਹੁੰਦੇ ਨੇ। ਅਤੇ ਇਹ ਜਗ੍ਹਾ ਹੈਗੀ ਜਿੱਥੇ ਲਾਲਾ ਸਰਕਾਰ ਬੈਠ ਕੇ ਇਬਾਦਤ ਕੀਤੀ ਸੀ, ਅਤੇ ਇਹ ਸਾਰੇ ਨਿਸ਼ਾਨ ਉੱਥੇ ਆ ਕੇ ਉੱਥੋਂ ਆ ਕੇ ਫੜਾਉਂਦੇ ਨੇ ਵਾਹਗਾ ਬਾਰਡਰ ਤੋਂ ਸਾਡੇ ਬੰਦੇ, ਫਿਰ ਫੜ ਕੇ ਪਹਿਲੇ ਬੰਦੇ ਤੋੜ ਆਉਂਦੇ ਸੀ, ਆ ਕੇ ਆਪਣੇ ਹੱਥਾਂ ਚੜਾਉਂਦੇ ਸੀ। ਜਦੋਂ ਦਾ ਵੰਡਾਰਾ ਪੈ ਗਿਆ ਸੀ, ਜਦੋਂ ਦਾ ਵੰਡ ਪੈ ਗਏ ਸੀ, ਉਦੋਂ ਫਿਰ ਲੋਕ ਇੱਥੇ ਤੱਕ ਨਹੀਂ ਆ ਸਕਦੇ ਸੀ, ਫਿਰ ਸਾਡੇ ਜਿਹੜੇ ਬੰਦੇ ਨੇ ਵਾਹਗਾ ਬਾਰਡਰ ਤੋਂ ਉਹਨਾਂ ਨੂੰ ਨਿਸ਼ਾਨ ਫੜਾਉਂਦੇ ਸੀ। ਇਹ ਸਾਰੇ ਜਿਹੜੇ ਤੁਸੀਂ ਨਿਸ਼ਾਨ ਵੇਖ ਰਹੇ ਹੋ, ਇਹ ਦਾਨੇ ਦੇ ਸੰਘ ਕਾਫਲਾ ਉਹਨਾਂ ਸ਼ੇਰ ਹਿਮਾਚਲ ਤੋਂ ਜਿਹੜੇ ਲੋਕ ਆ ਕੇ ਫੜਾਉਂਦੇ ਨੇ, ਪੈਦਲ ਚੱਲ ਕੇ ਆਉਂਦੇ ਨੇ, ਉਹ ਸਾਡੇ ਬੰਦੇ ਨੂੰ ਫੜਾਉਂਦੇ ਨੇ, ਫਿਰ ਸਾਡੇ ਬੰਦੇ ਇੱਥੇ ਪੈਦਲ ਆ ਕੇ ਇੱਥੇ ਸਰਕਾਰ ਦੇ ਨਿਸ਼ਾਨ ਦਿੰਦੇ ਨੇ। ਹੁਣ ਆਪਣੇ ਦੋਸਤਾਂ ਨੂੰ ਸਰਕਾਰ ਲਾਲਾ ਸਰਕਾਰ ਲੱਖ ਦਾ ਤਾਂ ਪੀ ਨਹੀਂ ਗਏ, ਸਰਕਾਰ ਜਿਹੜੀ ਛੜੀ ਸੀ, ਆਪ ਸਰਕਾਰ ਜਿਹੜੀ ਲਾਠੀ ਸੀ, ਉਹ ਜ਼ਮੀਨ ਅਤੇ ਮਰਜ਼ ਵਿੱਚ ਚਸ਼ਮਾ ਨਿਕਲਿਆ ਸੀ ਆਪਣੇ ਦੋਸਤ ਨੂੰ, ਚਸ਼ਮਾ ਵਿਖਾਉਂਦੇ ਸਰਕਾਰ ਦਾ। ਯਾਦ ਬਈ ਉਹ ਜਗ੍ਹਾ ਹੈ ਕਿ ਜਿੱਥੇ ਲੱਖ ਦਾ ਤਲਾਲਾ ਪੀ ਨਾ, ਇੱਥੇ ਕੱਕੀ ਗੋਲੀ ਬਣਦੇ ਸੀ। ਸਲਮਾਨ ਬਾਈ ਸਾਡੇ ਨਾਲ ਥੋੜ੍ਹਾ ਤਾਰਫ ਕਰਵਾ ਦੇਵਾਂ ਸਾਡੇ ਨਾਲ ਬਾਈ, ਫੈਸਲਾਬਾਦ ਤੋਂ। ਫੈਸਲਾਬਾਦ ਕਿਹੜੀ ਜਗ੍ਹਾ ਜੀ? ਇਹ ਇਹਨੂੰ ਬੁਲਾਇਆ ਸੀ ਸਪੈਸ਼ਲ, ਅਤੇ ਸਾਡੇ ਨਾਲ ਸਜਾਦ ਬਾਈ ਜੀ ਨੇ ਸਾਨੂੰ ਦਾਵਾ ਦਿੱਤੀ ਹੈ, ਸਾਨੂੰ ਇੱਥੇ ਤੱਕ ਬੁਲਾਇਆ, ਇਹਨਾਂ ਸਲਾਮੀ ਪੇਸ਼ ਕਰਦੇ ਕਿ ਲੱਖ ਦਾ ਤਲਾਲਾ ਪੀ ਨਾ ਸਲਾਮ ਕਬੂਲ ਕਰੇ, ਨਹੀਂ ਅਰਜ਼ੀ ਕਬੂਲ ਕਰੇ। ਅਤੇ ਬਾਈ ਸਲਮਾਨ ਨੂੰ ਅਸੀਂ ਫੈਸਲਾਬਾਦ ਤੋਂ ਬੁਲਾਇਆ ਸੀ, ਪਤੋ ਕਿ ਸਾਡੇ ਕੱਲ੍ਹ ਸਾਡੇ ਨਾਲ ਹੈਗਾ, ਅਤੇ ਅੱਜ ਮਾਸ਼ਾਅੱਲਾ ਅਸੀਂ ਇੱਥੇ ਪਹੁੰਚੇ ਸੀ ਰਾਤੀ, ਕੱਲ੍ਹ ਅਸੀਂ ਹਾਜ਼ਰ ਦਿੱਤੀ ਸੀ ਬਾਬੇ ਬਹਾਦਰ ਰੋਜ਼ੇ 'ਤੇ, ਅੱਜ ਸਰਕਾਰ ਲਾਉਣ ਸਕਰ ਜਿਹੜੇ ਚਿਲਾਗਾ ਹੈਗੇ ਉੱਥੇ ਖੜੋਤੇ ਹੈ, ਅਤੇ ਇਹਨਾਂ ਨਾਲ ਹੋਰ ਬਾਈ ਨੇ ਪਤੋ ਕਿੰਤੂ ਉਹ ਵੀ ਆਏ ਨੇ, ਅਤੇ ਤੁਸੀਂ ਦੋ ਆਏ ਭਾਈ ਆਪਣਾ ਫੈਸਲਾਬਾਦ ਤੋਂ, ਇਹ ਦੋ ਆਏ ਸੀ ਫੈਸਲਾਬਾਦ ਤੋਂ। ਹੁਣ ਆਪਣੇ ਦੋਸਤ ਨੂੰ ਸਰਕਾਰ ਦਾ ਚਸ਼ਮਾ ਵਿਖਾਉਂਦੇ, ਜਿੱਤੇ ਆਪ ਸਰਕਾਰ ਨੇ ਲਾਠੀ ਛੜੀ ਮਾਰੀ ਸੀ ਅਤੇ ਚਸ਼ਮਾ ਨਿਕਲ ਆਇਆ ਸੀ। ਤੁਸੀਂ ਇਹ ਵੇਖੋ ਜੀ ਤਸਵੀਰਾਂ ਪੁਰਾਣੇ ਦੋਸਤ ਦੀ, ਅਸੀਂ ਸਰਕਾਰ ਲਾਲਾ ਸਰਕਾਰ ਲੱਖ ਦਿੱਤਾ ਪੀ ਨਹੀਂ ਗਏ, ਸਰਕਾਰ ਜਿਹੜੀ ਲਾਠੀ ਸੀ ਜਾਂ ਛੜੀ ਸੀ ਉਹ ਸਰਕਾਰ ਨੇ ਇਸ ਜਗ੍ਹਾ 'ਤੇ ਮਾਰੀ ਸੀ ਅਤੇ ਚਸ਼ਮਾ ਨਿਕਲ ਆਇਆ ਸੀ ਇਹ ਜਗ੍ਹਾ 'ਤੇ। ਚੱਲ ਕੇ ਆਪਣੇ ਦੋਸਤ ਨੂੰ ਵਿਖਾਉਂਦੇ, ਹੁਣ ਮੋਟਰ ਲੱਗੀ, ਲੋਕ ਮੋਟਰ ਜ਼ਰੀਏ 'ਤੇ ਪਾਣੀ ਭਰਦੇ ਨੇ, ਅਤੇ ਇੱਧਰ ਕਬਰਗਸਤਾਨ, ਇੱਧਰ ਦਰਬਾਰ ਦੇ ਸੇਵਾਦਾਰ ਸੀ ਉਹਨਾਂ ਦੇ ਕਬਰਾਂ ਨੇ, ਉਹ ਵੀ ਆਪਣੇ ਦੋਸਤ ਨੂੰ ਵਿਖਾਉਂਦੇ। ਇਹ ਚਸ਼ਮਾ ਹੈਗਾ, ਚਸ਼ਮਾ ਕੂਆ ਹੈਗਾ ਚਸ਼ਮੇ ਵਾਲਾ, ਇਹ ਵੇਖੋ ਤੁਸੀਂ ਸਾਹਮਣੇ ਕੋਈ ਡਿਜ਼ਾਇਨ ਤਸਵੀਰਾਂ ਵੀ ਛੱਪੀਆਂ ਨੇ। ਸਜਾਦ ਬਾਈ ਇੱਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ? ਪਹਿਲੀ ਦਫਾ ਆਏ? ਪਹਿਲੀ ਦਫਾ ਅਸੀਂ ਆਏ ਜੀ, ਤੇ ਬਾਕੀ ਜਿਹੜੇ ਸਾਡੇ ਵੀਰ ਭਾਈ ਨੇ ਇੱਥੇ ਆਣਗੇ ਉਹਨਾਂ ਨੂੰ ਬੜਾ ਸਕੂਨ ਮਹਿਸੂਸ ਹੋਏਗਾ। ਸਰਮਾਨ ਬਾਈ ਤੁਸੀਂ ਪਹਿਲੀ ਦਫਾ ਆਏ, ਕਿਸ ਤਰ੍ਹਾਂ ਮਹਿਸੂਸ ਹੋਇਆ? ਅੱਛਾ, ਮੈਨੂੰ ਇਹ ਦੱਸੋ ਸਫ਼ਰ ਕਿਸ ਤਰ੍ਹਾਂ ਰਿਹਾ? ਸਫ਼ਰ ਕਿਸ ਤਰ੍ਹਾਂ, ਲੰਬਾ ਸੀ ਜਾਂ ਨਜ਼ਦੀਕ ਸੀ, ਕਿਸ ਤਰ੍ਹਾਂ ਸੀ? ਪਹਿਲੀ ਦਫਾ ਆਇਆ ਨਾ, ਇਸ ਤਰ੍ਹਾਂ ਥਕਾਵਟ ਮਹਿਸੂਸ ਹੋਈ, ਸਕੂਨ ਮਿਲੇਗਾ। ਇਹ ਜੀ ਪੁਰਾਣੇ ਡਿਜ਼ਾਇਨ, ਆਪਣਾ ਪੁਰਾਣੇ ਦੌਰ ਦੀ ਡਿਜ਼ਾਇਨਿੰਗ ਹੈਗੀ, ਤਸਵੀਰਾਂ ਛਪਿਆ ਨੇ, ਅੱਲਾ ਬਿਹਤਰ ਜਾਣੇ ਇਹ ਕਿੰਨੇ ਨੇ ਤਸਵੀਰਾਂ ਛਪੇ ਨੇ, ਸਰਕਾਰਾਂ ਦੀਆਂ ਨੇ ਪਤਾ ਨਹੀਂ ਜਾਂ ਕਿਸੇ ਹੋਰ ਦੀਆਂ ਨੇ ਪਤਾ ਨਹੀਂ, ਲੇਕਿਨ ਇਹ ਡਿਜ਼ਾਇਨ ਜਿਹੜਾ ਤੁਸੀਂ ਵੇਖ ਰਹੇ ਪੁਰਾਣੇ ਦੌਰ ਦਾ ਹੈਗਾ। ਇਸ ਗੁੰਬਾ ਦੇ ਥੱਲੇ, ਇਸਦੇ ਥੱਲੇ ਸਰਕਾਰ ਦਾ ਚਸ਼ਮਾ ਹੈਗਾ, ਇਹ ਜਿੱਥੇ ਆਪ ਸਰਕਾਰ ਨੇ ਛੜੀ ਮਾਰੀ ਸੀ ਅਤੇ ਪਾਣੀ ਨਿਕਲਾਇਆ ਸੀ, ਅਤੇ ਲੋਕ ਪਹਿਲੇ ਬੋਖੀਆਂ ਪਾਉਂਦੇ ਸੀ, ਅਤੇ ਹੁਣ ਮੋਟਰ ਲੱਗੀ, ਮੋਟਰ ਜ਼ਰੀਏ ਉੱਤੇ ਬਾਰ ਬਾਰ ਪਾਣੀ ਪੈਂਪ ਲੱਗਿਆ, ਉਹ ਬਾਈ ਤੁਸੀਂ ਵੇਖ ਰਹੇ ਹੋ ਕੁੱਪਾ ਲੈ ਕੇ ਪਾਣੀ ਦਾ, ਉੱਥੋਂ ਲੈਣ ਵਾਸਤੇ ਪੂਰਾ ਕੁੱਪਾ ਸੀ ਪਾਣੀ ਦਾ ਲੈ ਕੇ ਜਾਵਾਂਗੇ। ਇੱਕ ਸਾਡਾ ਦੋਸਤ ਦੁਬਈ ਵੀ ਹੈਗਾ, ਉਹਦੇ ਵਾਸਤੇ ਉਹਨੂੰ ਥੋੜ੍ਹਾ ਪਾਣੀ ਦੇਵਾਂਗੇ, ਅਤੇ ਹੋਰ ਵੀ ਦੋਸਤ ਕਾਫੀ ਜ਼ਿਆਦਾ ਨੇ, ਉਹਨਾਂ ਨੂੰ ਥੋੜ੍ਹਾ ਥੋੜ੍ਹਾ ਪਾਣੀ ਮਿਲੇਗਾ। ਪਾਣੀ ਲੈ ਕੇ ਜਾ ਰਹੇ ਚਸ਼ਮੇ ਦਾ, ਇਹ ਕੁੱਪਾ ਪੂਰਾ ਲੈ ਕੇ ਜਾ ਰਹੇ, ਅਤੇ ਪਹਿਲੇ ਲੋਕ ਉੱਥੇ ਪਾਉਂਦੇ ਸੀ, ਅਤੇ ਹੁਣ ਦੌਰ ਚੇਂਜ ਹੋ ਗਿਆ, ਲੋਕ ਵਾਲ ਛਾਲ ਲੱਗਿਆ, ਵਾਲ ਦੇ ਜ਼ਰੀਏ ਪਾਣੀ ਸਰਕਾਰ ਦੇ ਚਸ਼ਮੇ ਦਾ, ਚਸ਼ਮੇ ਦਾ ਪਾਣੀ ਲੈ ਕੇ ਜਾ ਰਹੇ ਹੈ। ਹੁਣ ਆਪਣੇ ਦੋਸਤਾਂ ਨੂੰ
ਕਬਰਾਂ ਵੀ ਖਾਂਦੇ ਹਾਂ, ਲੇਕਿਨ ਸਾਨੂੰ ਤਾਂ ਪਤਾ ਨਹੀਂ ਕਿੰਨੇ ਕਿੰਨੇ ਦੀ ਹੈਗੇ ਜਿਹੜੇ ਦਰਬਾਰ ਦੇ ਸੇਵਾਦਾਰ ਸੀ ਜਾਂ ਪੁਰਾਣੇ ਪੁਰਾਣੇ ਬੰਦੇ ਸੀ, ਇਹ ਉਹਨਾਂ ਦੇ ਕਬਰਾਂ ਨੇ। ਇਸ ਟਾਈਮ ਅਸੀਂ ਬਿਲਕੁਲ ਜਿਹੜੇ ਦਰਬਾਰ ਦੀ ਪਿੱਛੇ ਸਾਈਡ ਸਰਕਾਰ ਦਾ ਹੁਜਰਾ ਹੈਗਾ, ਉਹਦੀ ਪਿੱਛੇ ਸਾਈਡ 'ਤੇ ਇੱਕ ਕਬਰ ਕਾਫੀ ਪੁਰਾਣੀ ਹੈਗੀ। ਇਹ ਪਹਿਲੇ ਵੀ ਆਪਣੇ ਦੋਸਤਾਂ ਨੇ ਦਿਖਾਈ ਸੀ, ਇਹ ਲਿਖਿਆ ਹੈ ਲੇਕਿਨ ਮੈਂ ਇੰਨਾ ਖਾਸ ਪੜ੍ਹਿਆ ਹੋਇਆ ਨਹੀਂ ਹੈਗਾ। ਜਿਹੜੇ ਦੋਸਤ ਪੜ੍ਹੇ ਨੇ ਉਹ ਪੜ੍ਹ ਲਓ, ਆਪਣੇ ਦੋਸਤ ਨੂੰ ਸਰਕਾਰ ਦਾ ਸਿਜਰਾ ਵਿਖਾ ਰਹੇ, ਯਾਨੀ ਇਹ ਜਿਹੜਾ ਜਿਹਨਾਂ ਦੀ ਕਬਰ ਮੁਬਾਰਕ ਹੈਗੀ, ਜਿਹਨਾਂ ਦੀ ਜ਼ਿਆਰਤ ਹੈਗੀ ਹੈ, ਇਹ ਵਿਖਾ ਰਹੇ ਤੁਸੀਂ ਵੇਖੋ ਲਿਖਿਆ। ਇਹ ਉਹਨਾਂ ਦੀ ਕਬਰ ਹੈਗੀ। ਇੱਥੇ ਵੀ ਚੈੱਕ ਕਰੇ ਤਾਂ ਕਾਫੀ ਪੁਰਾਣੇ ਪੁਰਾਣੇ ਡਿਜ਼ਾਇਨ ਛੱਪੇ ਨੇ, ਨਾਂ ਵੀ ਲਿਖੇ ਨੇ ਅੱਲਾ ਮੁਹੰਮਦ ਦੇ, ਹੋਰ ਨਾਂ ਵੀ ਕਾਫੀ ਜ਼ਿਆਦਾ ਲਿਖੇ ਨੇ। ਤੁਸੀਂ ਵੇਖੋ ਇਹ ਕਾਫੀ ਪੁਰਾਣੀ ਕਬਰ ਹੈਗੀ, ਇੱਥੇ ਵੀ ਨਾਂ ਲਿਖਿਆ ਹੈ, ਤੁਸੀਂ ਵੇਖੋ ਹੈ। ਇਹ ਬਿਲਕੁਲ ਦਰਬਾਰ ਦੀ ਪਿੱਛੇ ਸਾਈਡ 'ਤੇ ਹੈਗੀ। ਬੱਚੇ ਨੂੰ ਬੁਲਾਇਆ ਸਿਰਫ ਨਾਂ ਪੜ੍ਹਨ ਵਾਸਤੇ, ਇਹ ਨਾਂ ਪੜ੍ਹ ਕੇ ਦੱਸੇਗਾ ਇੱਥੋਂ ਕਿੱਥੋਂ ਕੁ ਪੜ੍ਹਨਾ। ਮੁਕਰਮ ਅਲ ਮੁਕਾਮ ਚੌਧਰੀ ਵਲੀ ਵਲੀਦਾਰ ਵਲੀਦਾਰ ਜੋ ਇਹ ਥੋੜ੍ਹਾ ਮੁਸ਼ਕਿਲ ਹੈਗਾ, ਬੱਚੇ ਨੂੰ ਬੁਲਾਇਆ ਸੀ ਪੜ੍ਹਨ ਵਾਸਤੇ, ਲੇਕਿਨ ਮੁਸ਼ਕਿਲ ਮੈਨੂੰ। ਮਾਸ਼ਾਅੱਲਾ ਜੀ ਸਜਾਦ ਬਾਈ ਜਿੱਥੇ ਵੀ ਜਾਂਦੇ ਨੇ ਦਰਬਾਰ ਦੀਆਂ ਚਾਦਰਾਂ, ਦਰਬਾਰ ਦਾ ਤੋਹਫਾ ਲਾਜ਼ਮੀ ਮਿਲਦਾ ਹੈ। ਮਾਸ਼ਾਅੱਲਾ ਜੀ ਸੁਬਾਨੁੱਲਾ, ਇਸ ਟਾਈਮ ਬਿਲਕੁਲ ਸਰਕਾਰ ਦੇ ਹੁਜਰ 'ਤੇ ਹੈ ਸਜਾਦ ਬਾਈ ਨੂੰ, ਇਸ ਟਾਈਮ ਦਰਬਾਰ ਦੇ ਜਿਹੜੇ ਨਿਸ਼ਾਨੇ ਦਰਬਾਰ ਦਾ ਤੋਹਫਾ ਹੈਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਬਿਲਕੁਲ ਜਿਹੜੇ ਦਰਬਾਰ ਦੇ ਸੇਵਾਦਾਰ ਨੇ, ਦਰਬਾਰ ਦੇ ਖਲੀਫੇ ਨੇ, ਉਹ ਤਮਾਮ ਦੋਸਤ, ਖਾਸ ਕਰ ਜਿਹੜੇ ਜਿੱਦਾਂ ਦੇ ਸਾਡੀ ਵੀਡੀਓ ਵੇਖ ਰਹੇ, ਉਹਨਾਂ ਤਮਾਮ ਦੋਸਤਾਂ ਦਾ ਦੁਆ ਫਿਰਿਆ ਇਸ ਟਾਈਮ ਹੋ ਰਹੀ ਹੈ। ਮਾਸ਼ਾਅੱਲਾ ਨਿਸ਼ਾਨੀਆਂ ਤੋਹਫੇ ਮਿਲ ਗਏ, ਨਿਸ਼ਾਨ ਮਿਲ ਗਏ ਨੇ, ਚਾਦਰਾਂ ਮਿਲ ਗਏ ਨੇ, ਜੇ ਸਰਕਾਰ ਦੇ ਮਾਨੇ ਮਰੂਜ ਅਸੀਂ ਤਮਾਮ ਦੋਸਤਾਂ ਦੁਆ ਫਿਰਿਆ ਇਸ ਟਾਈਮ ਹੋ ਰਹੀ ਹੈ ਸਰਕਾਰ ਦੇ ਹੁਜਰ ਦੇ। ਇੱਥੇ ਲੋਕ ਧਾਗੇ ਵੀ ਬੰਨਦੇ ਨੇ ਸਰਕਾਰ ਦੇ ਚਿਲਾ ਗਾ, ਮਾਸ਼ਾਅੱਲਾ ਇੱਥੇ ਲੋਕ ਧਾਗੇ ਆਪਣੇ ਮੰਨਾਂ 'ਤੇ ਧਾਗੇ ਬੰਨਦੇ ਨੇ। ਮਾਸ਼ਾਅੱਲਾ ਜੀ ਸੁਬਾਨੁੱਲਾ, ਸਰਕਾਰ ਦੇ ਹੁਜਰ 'ਤੇ ਅਸੀਂ ਦੂਸਰੀ ਵਾਰ ਆ ਰਹੇ ਹਾਂ, ਸਰਕਾਰ ਨੇ ਦੂਸਰੀ ਵਾਰ ਸਾਨੂੰ ਬੁਲਾਇਆ, ਅਸੀਂ ਦੂਸਰੀ ਵਾਰ ਇੱਥੇ ਆ ਰਹੇ ਹਾਂ। ਤਮਾਮ ਦੋਸਤਾਂ ਦੁਆ ਫਰਿਆਦੀ ਕੀਤੀ, ਤਮਾਮ ਦੋਸਤਾਂ ਸਲਾਮੀ ਪੇਸ਼ ਕੀਤੀ, ਅਰਜ਼ੀ ਪੇਸ਼ ਕੀਤੀ। ਮਾਸ਼ਾਅੱਲਾ ਤੁਸੀਂ ਵੇਖੋ ਇਹ ਜਿਹੜੀ ਛੱਤ ਹੈਗੀ, ਇਹ ਤਾਂ ਇਹ ਚੀਜ਼ਾਂ ਬਦਲ ਗਈਆਂ ਨੇ, ਪਹਿਲੇ ਹੋਰ ਸੀ, ਅਤੇ ਅਸੀਂ ਇਸ ਦੂਸਰੀ ਵਾਰ ਇੱਥੇ ਆ ਰਹੇ ਹਾਂ। ਤਮਾਮ ਦੋਸਤ ਜਿਹੜੇ ਸਰਕਾਰ ਦੇ ਆਸ਼ਿਕ ਦੀਵਾਨੇ ਸਾਡੀ ਵੀਡੀਓ ਵੇਖ ਰਹੇ ਨੇ, ਲਾਲਾਂ ਵਾਲਾ ਪੀਰ ਉਹਨੇ ਸਲਾਮ ਕਬੂਲ ਕਰਿਆ, ਉਹਨਾਂ ਦੀ ਅਰਜ਼ੀ ਕਬੂਲ ਕਰਿਆ। ਮਾਸ਼ਾਅੱਲਾ ਟੋਂਕਲ ਵਜ਼ੀਰਾਬਾਦ ਗੁਜਰਾਂ, ਜਿੱਥੇ ਸਰਕਾਰ ਲਾਲਾਂ ਸਰਕਾਰ ਦਾ ਹੁਜਰਾਂ ਪਰ ਰੱਖੇਗਾ, ਜਿੱਥੇ ਲਾਲਾਂ ਵਾਲੇ ਪੀਰ ਲੱਖ ਦਿੱਤਾ, ਸੈਯਦ ਮੁਸਲਮਾਨ ਦੀ ਇਬਾਦਤ ਪੂਰੀ ਹੋਈ ਸੀ, ਅਤੇ ਜਿੰਨੇ ਵੀ ਅੱਲਾ ਦੇ ਪਿਆਰੇ ਸੀ, ਪੀਰ ਫਕੀਰ ਸੀ, ਇੱਥੇ ਆ ਕੇ ਸਰਕਾਰ ਨੂੰ ਮੁਬਾਰਕਬਾਦ ਦਿੱਤੀ ਸੀ। ਅਸੀਂ ਇਸ ਟਾਈਮ ਉਸ ਜਗ੍ਹਾ 'ਤੇ ਖੜੋਤੇ ਹਾਂ। ਅਸੀਂ ਸਜਾਦ ਦੇ ਘਰ ਪਹੁੰਚ ਗਏ ਸੀ, ਦੋ ਦਿਨ ਅਸੀਂ ਇੱਥੇ ਰਹੇ ਸੀ। ਇਹ ਸਰਕਾਰ ਨਾਲ ਕਿਸ ਤਰ੍ਹਾਂ ਮੁਹੱਬਤ, ਕਿਸ ਤਰ੍ਹਾਂ ਪਿਆਰ ਕਰਦੇ ਨੇ ਤੁਸੀਂ ਆਪ ਵੇਖਣਾ, ਆਪਣੇ ਦੋਸਤ ਨੂੰ ਵਿਖਾਉਂਦੇ ਹਾਂ, ਅਤੇ ਬਿਲਕੁਲ ਉਹਨਾਂ ਦੇ ਬੱਚੇ ਵੀ ਬੈਠੇ ਨੇ, ਇਹ ਬੈਠੋ ਤੁਸੀਂ ਵੇਖੋ ਸਾਹਮਣੇ। ਦੋ ਦਿਨ ਅਸੀਂ ਇੱਥੇ ਰਹੇ ਸੀ, ਇੱਥੇ ਖੁਦ ਵੀ ਨਹੀਂ ਰਹਿੰਦੇ ਕਿਉਂਕਿ ਸਰਕਾਰ ਦੇ ਇਹਨਾਂ ਨੇ ਸਰਕਾਰ ਦੇ ਨਾਂ ਦਾ ਕਮਰਾ ਬਣਾਇਆ। ਤੁਸੀਂ ਵੇਖੋ ਤਸਵੀਰਾਂ ਵੀ ਲੱਗੀਆਂ ਨੇ ਇਸ ਟਾਈਮ, ਸਜਾਦ ਬਾਈ ਸਾਡੇ ਨਾਲ ਬੈਠੇ ਮਾਸ਼ਾਅੱਲਾ ਜੀ, ਅਤੇ ਦੋ ਦਿਨ ਅਸੀਂ ਇੱਥੇ ਸੀ। ਅਤੇ ਮਾਸ਼ਾਅੱਲਾ ਤੁਸੀਂ ਵੇਖੋ ਇਹ ਉਹਨਾਂ ਦਾ ਆਪਣਾ ਮਕਾਨ ਹੈਗਾ, ਇਹ ਥੱਲੇ ਕੋਈ ਬੰਦਾ ਨਹੀਂ ਰਹਿੰਦਾ ਕਿਉਂਕਿ ਸਰਕਾਰਾਂ ਦੇ ਨਾਂ ਦਾ ਕਮਰਾ ਬਣਿਆ। ਅਤੇ ਲੇਕਿਨ ਅਸੀਂ ਦੋ ਦਿਨ ਇੱਥੇ ਰਹੇ ਸੀ। ਮਾਸ਼ਾਅੱਲਾ ਤੁਸੀਂ ਵੇਖੋ ਸਾਹਮਣੇ ਸਰਕਾਰ ਦਾ ਤਾਜ ਹੀ ਪਿਆ ਹੈ, ਅਤੇ ਅਸੀਂ ਹੁਣ ਜਾ ਰਹੇ ਹਾਂ ਵਾਪਸ ਲਾਹੌਰ, ਲਾਹੌਰ ਕੋਲ ਫੈਸਲਾਬਾਦ, ਫਿਰ ਘਰ ਚਲੇ ਜਾਣਗੇ ਵਾਪਸ। ਮਾਸ਼ਾਅੱਲਾ ਉਹਨਾਂ ਦੇ ਸਾਰੇ ਬੱਚੇ ਨੇ, ਇਹ ਉਹਦਾ ਪਰਿਵਾਰ ਹੈਗਾ ਸਜਾਦ ਬਾਈ ਦਾ, ਮਾਸ਼ਾਅੱਲਾ ਜੀ। ਅਤੇ ਅੱਜ ਸਾਡੀ ਹੈਗੀ ਵਾਪਸੀ ਇੱਥੋਂ ਜੀ, ਪੱਤੋ ਕੀ ਦੇ ਇੱਕ ਹੋਰ ਬਾਬੇ ਦਾ ਮਜ਼ਾਰ ਹੈਗਾ, ਬਾਬਾ ਨਾਦਿਰ ਸ਼ਾਹ। ਇਹ ਬੁਖਾਰੀ ਸੈਯਦ ਨੇ, ਮੂਸਾ ਕਾਜ਼ਮ ਦੇ ਲੜੀ 'ਚ ਨੇ ਮਾਸ਼ਾਅੱਲਾ, ਜਿਹੜਾ ਤੂੰ ਆਪਣੇ ਦੋਸਤ ਰੋਜ਼ਾ ਵੀ ਖਾ ਰਿਹਾ। ਇਹਨਾਂ ਦੇ ਗੁੰਬਸ ਹੈਗੀ, ਇਹ ਪੱਤੋ ਕੇ ਸ਼ਹਿਰ ਦੇ ਵਿੱਚ ਹੈਗਾ ਬਾਬਾ ਨਾਦਿਰ ਸ਼ਾਹ। ਅਤੇ ਮਾਸ਼ਾਅੱਲਾ ਸਾਡੇ ਨਾਲ ਸਜਾਦ ਬਾਈ ਨੇ, ਇਹ ਉਹਨਾਂ ਦਾ ਰੋਜ਼ਾ ਹੈਗਾ। ਬਾਹਰ ਦਾ ਆਪਣੇ ਦੋਸਤ ਨੂੰ ਬਾਹਰ ਦਾ ਮੰਦਰ ਵੀ ਖਾਂਦੇ ਹੈ, ਇਹ ਬਾਹਰ ਵੇਖੋ ਤੁਸੀਂ, ਹੋਰ ਮਜ਼ਾਰਾ ਵੀ ਨੇ।
ਇਹਨਾਂ ਦਾ ਨਾਂ ਹੈਗਾ ਬਾਬਾ ਨਾਦਿਰ ਸ਼ਾਹ ਮਾਸ਼ਾ ਆਰਾਮ ਪਾ ਕੇ ਇੱਥੇ ਲੱਗਿਆ। ਤਮਾਮ ਦੋਸਤਾਂ ਸਲਾਮ ਪੇਸ਼ ਕਰਦੇ, ਅਰਜ਼ੀ ਪੇਸ਼ ਕਰਦੇ, ਖਾਸ ਕਰ ਜਿਹੜੇ ਦੂਰ ਦਰਾਜ ਤੋਂ ਬੈਠੇ ਨੇ, ਲੱਖ ਦਾ ਤਾਲਾ ਲਾ ਪੀਰ ਨੂੰ ਸਲਾਮ ਕਬੂਲ ਕਰੇ, ਬਾਬਾ ਨਾਦਿਰ ਸ਼ਾਹ ਉਹਨਾਂ ਦੀ ਹਾਜ਼ਰੀ ਕਬੂਲ ਕਰੇ ਮਾਸ਼ਾ ਅੱਲਾਹ ਗੁੰਬਾ ਸਾਹਿਬ ਦਾ ਦਰਬਾਰ ਦਾ।